ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਆ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਮਾਧਿਅਮ ਰਾਹੀਂ ਵੌਇਸ ਆਫ ਗਲੋਬਲ ਸਾਊਥ ਸਮਿਟ ਨੂੰ ਕੀਤਾ ਸੰਬੋਧਨ ਜੀ20 ਰਾਹੀਂ ਆਲਮੀ ਦੱਖਣ ਦੀ ਆਵਾਜ਼ ਨੂੰ ਹੋਰ ਅੱਗੇ ਲਿਜਾਣ ਦਾ ਭਰੋਸਾ ਦਵਾਇਆ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਾਟਕ ਦੇ ਹੁਗਲੀ ਵਿੱਚ 26ਵੇਂ ਕੌਮੀ ਯੂਥ ਫੈਸਟੀਵਲ ਦਾ ਕਰਨਗੇ ਉਦਘਾਟਨ ਸੈਨਾ ਪ੍ਰਮੁਖ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਭਾਰਤੀ ਸੈਨਾ ਹਰ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਖੇਡਿਆ ਜਾਵੇਗਾ ਤੇ ਪੁਰਸ਼ ਹਾਕੀ ਵਿਸ਼ਵ ਕਪ ਦਾ ਪਹਿਲਾ ਮੈਚ ਪਵਨੇਸ਼ਵਰ ਵਿੱਚ ਭਲਕੇ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ ਵਾਇਸ ਆਫ ਗਲੋਬਲ ਸਾਊਥ ਸਮਿਟ ਨੂੰ ਸੰਬੋਧਨ ਕੀਤਾ ਇਸ 2 ਦਿਨਾਂ ਸਿਖਰ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਨਵੀਂ ਉਮੀਦ ਅਤੇ ਨਵੀਂ ਊਰਜਾ ਦੇ ਨਾਲ ਇਕੱਠੇ ਹੋਏ ਹਾਂ ਭਾਰਤ ਵੱਲੋਂ ਇਸ ਸਾ G20 ਦੀ ਪ੍ਰਧਾਨਗੀ ਸੰਭਾਲਣ ਨਾਲ ਇਹ ਕੁਦਰਤੀ ਹੈ ਕਿ ਅਸੀਂ ਗਲੋਬਲ ਸਾਊਥ ਦੀ ਆਵਾਜ਼ ਨੂੰ ਹੋਰ ਅੱਗੇ ਲੈ ਕੇ ਜਾਈਏ। ਉਹਨਾਂ ਨੇ ਕਿਹਾ ਕਿ ਕੋਵਿਡ ਦੇ ਮੱਦੇਨਜ਼ਰ ਵਿਸ਼ਵ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਦਵਾਈ ਤੇ ਵੈਕਸੀਨ ਭੇਜੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮਨੁੱਖੀ ਕੇਂਦ੍ਰਿਤ ਵਿਕਾਸ 'ਤੇ ਧਿਆਨ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਜ਼ਰੂਰਤ ਪ੍ਰਸੰਗਕ ਹੋ ਗਈ ਹੈ। that together The global south can produce new and creative ideas. These ideas can form the basis of our voice in the G20 and other forums. In India, ਪ੍ਰਧਾਨ ਮੰਤਰੀ ਨੇ ਦੱਖਣ ਦੇਸ਼ਾਂ ਦੇ ਸਿਖਰ ਸੰਮੇਲਨ ਵਿੱਚ ਬੋਲਦਿਆਂ ਕਿਹਾ ਕਿ ਅੱਜ ਤੁਹਾਡੀ ਆਵਾਜ਼ ਸਾਡੀ ਆਵਾਜ਼ ਹੈ ਤੇ ਤੁਹਾਡੀ ਪਹਿਲ ਸਾਡੀ ਪਹਿਲ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਆਪਣਾ ਵਿਕਾਸ ਤਜਰਬਾ ਵਿਸ਼ਵ ਵਿੱਚ ਦੱਖਣ ਦੇਸ਼ਾਂ ਨਾਲ ਸਾਂਝਾ ਕੀਤਾ ਹੈ ਗਲੋਬਲ ਸਾਊਂਡ ਹੈਵ ਦਾ ਲਾਰਜੇਸਟ ਟੇਕਸ ਇਨ ਦਾ ਫਿਊਚਰ 3/4 ਆਫ ਹਿਊਮੈਨਿਟੀ ਲਿਵਸ ਇਨ आवर ਕੰਟਰੀਜ਼ वी शुड ऑल्सो हैव इक्वी वैलेंट वॉइस हेन्स एट द एट डेकेड ओल्ड मॉडल ऑफ ग्लोबल गवर्नेंस स्लोली चेंजिज आज स्वामी विवेकानंद की जयंती है 11 ਸਤੰਬਰ 1893 ਵਾਲੇ ਦਿਨ ਸਵਾਮੀ ਜੀ ਨੇ ਸ਼ਿਕਾਗੋ ਵਿੱਚ ਆਯੋਜਿਤ ਵਿਸ਼ਵ ਧਰਮ ਪਾਰਲੀਮੈਂਟ ਵਿੱਚ ਬੇहद ਪਾਵਪੂਰਤ ਭਾਸ਼ਣ ਦੇ ਕੇ ਭਾਰਤ ਦਾ ਨਾਮ ਵਿਸ਼ਵ ਵਿੱਚ ਰੋਸ਼ਨ ਕੀਤਾ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵਾਮੀ ਵਿਵੇਕਾਨੰਦ ਦੀ ਜਯੰਤੀ ਤੇ ਨਮਨ ਕੀਤਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ Swami ji ਅਧਿਆਤਮਿਕਤਾ ਤੇ ਦੇਸ਼ ਭਗਤੀ ਨੂੰ ਜੋੜਨ ਵਾਲੀ ਇੱਕ ਪ੍ਰਤੀਕ ਸ਼ਖਸੀਅਤ ਸਨ। ਉਹਨਾਂ ਨੇ ਵਿਸ਼ਵ ਪੱਧਰ ਤੇ ਭਾਰਤੀ ਕਦਰਾਂ-ਕੀਮਤਾਂ ਦਾ ਪ੍ਰਚਾਰ ਕੀਤਾ। Swami ji ਦਾ ਜੀਵਨ ਤੇ ਸਿੱਖਿਆਵਾਂ ਨੌਜਵਾਨਾਂ ਨੂੰ ਉਹਨਾਂ ਦੇ ਸੁਪਨਿਆਂ ਦੀ ਪਾਲਣਾ ਕਰਨ ਤੇ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਵਿੱਚ ਕਿਹਾਏ ਤੇ Swami ji ਦਾ ਜੀਵਨ ਦੇਸ਼ ਭਗਤੀ ਅਧਿਆਤਮਿਕਤਾ ਤੇ ਕਰਮ ਯੋਗ ਲਈ ਹਮੇਸ਼ਾ ਪ੍ਰੇਰਨਾ ਦਿੰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ Swami ji ਦੇ ਮਹਾਨ ਵਿਚਾਰ ਤੇ ਆਦਰਸ਼ ਦੇਸ਼ ਵਾਸੀਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ Swami Vivekananda ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ Vivekananda ji ਜਾਤੀਵਾਦ ਤੇ ਸਮਾਜਿਕ ਅਡੰਬਰਾਂ ਦੇ ਪ੍ਰਮੁੱਖ ਆਲੋਚਕ ਸਨ। ਉਹਨਾਂ ਨੌਜਵਾਨਾਂ ਵਿੱਚ ਰਾਸ਼ਟਰੀ ਚੇਤਨਾ ਜਾਗਰੂਕ ਕਰਨ ਦੇ ਨਾਲ-ਨਾਲ ਆਧੁਨਿਕਤਾ ਨਾਲ ਅਧਿਆਤਮ ਨੂੰ ਜੋੜਨ ਲਈ ਵਿਚਾਰ ਦਿੱਤੇ। ਉਹਨਾਂ ਦਾ ਅਥਾਹ ਗਿਆਨ ਤੇ ਪ੍ਰੇਰਨਾਪਰੇ ਵਿਚਾਰ ਯੁੱਗਾਂ-ਯੁੱਗਾਂ ਤੱਕ ਨੌਜਵਾਨਾਂ ਲਈ ਪ੍ਰੇਰਨਾ ਦਾ ਇੱਕ ਕੇਂਦਰ ਬਣੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈ ਸੁਆਮੀ ਵਿਵੇਕਾਨੰਦ ਦੀ ਜਨਮ ਦਿਵਸ ਤੇ ਕਰਨਾਟਕ ਦੇ ਹੁਬਲੀ ਵਿੱਚ 26ਵੇਂ ਕੌਮੀ ਯੂਥ ਫੈਸਟੀਵਲ ਦਾ ਉਦਘਾਟਨ ਕਰਨਗੇ। ਇਹ ਫੈਸਟੀਵਲ 16 ਜਨਵਰੀ ਤੱਕ ਚੱਲੇਗਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤਕਰੀਬਨ 7500 ਯੁਵਾ ਇਸ ਵਿੱਚ ਹਿੱਸਾ ਲੈਣਗੇ। ਇਹ ਯੁਵਾ ਆਪਣੇ ਵਿਚਾਰ ਅਤੇ ਹੁਨਰ ਵਿਖਾਉਣਗੇ। ਇਸ ਸਾਲ ਦੇ ਯੂਥ ਫੈਸਟੀਵਲ ਦਾ ਵਿਸ਼ਾ ਹੈ ਵਿਕਸਿਤ ਯੁਵਾ ਵਿਕਸਿਤ ਭਾਰਤ। ਸੈਨਾ ਦੇ ਪ੍ਰਮੁੱਖ ਜਨਰਲ ਮਨੋਜ ਪਾण्डे ਨੇ ਕਿਹਾ ਕਿ ਭਾਰਤੀ ਸੈਨਾ ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਵੀਂ ਦਿੱਲੀ ਵਿੱਚ ਸੈਨਾ ਪੱਤਰਕਾਰ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਣਾਂ ਕਿਹਾ ਕਿ ਗਵਾਂਡੀ ਮੁਲਕਾਂ ਤੋਂ ਭਾਵੇਂ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਪਰ ਸਾਡੀ ਤਿਆਰੀ ਉੱਚ ਮਾਣਕਾਂ ਦੀ ਏ ਅਤੇ ਸਾਡੇ ਕੋਲ ਹਥਿਆਰਾਂ ਦੀ ਲੋੜੀਂਦੇ ਪੰਡਾਰ ਮੌਜੂਦ ਨੇ। ਉਹਨਾਂ ਕਹਾਂਗੇ ਚੀਨ ਨਾਲ ਲੱਗਦੀ ਸਰਹੱਦ ਤੇ ਹਾਲਾਤ ਕਾਬੂ ਹੇਟ ਨੇ ਪਾਕਿਸਤਾਨੀਆਂ ਗਤੀਵਿਧੀਆਂ ਕਾਰਨ ਐਲੋਸੀ ਤੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਕਹਾਂਗੇ ਦੇਸ਼ ਦੇ ਉੱਤਰ ਪੂਰਬੀ ਹਿੱਸਿਆਂ ਦੇ ਵਦੇਰੇ ਰਾਜਾਂ ਵਿੱਚ ਫੌਜ ਦੀਆਂ ਸਰਗਰਮੀਆਂ ਸਦਕਾ ਸ਼ਾਂਤੀ ਬਹਾਲ ਹੋਈ ਹੈ ਵੈਰਨ ਈਚ ਆਫ ਆਰ ਕਮਾਂਡਸ ਵੀ ਵਿਲ ਆਈਦਰ ਕ੍ਰੀਏਟ অর ਰੀਐਨਰਜਾਈਜ਼ অর ਰੀਜੂਗੇਨੇਟ 75 ਵਾਟਰ ਬਾਡੀਜ਼ ਇਨ देयर ਰਿਸਪੈਕਟਿਵ ਏਰੀਆਜ਼ ਆਫ ਰਿਸਪੌਂਸਿਬਿਲਟੀ so we are looking at about 450 such water bodies getting created by august of 2023 ਇਸ ਮੌਕੇ ਸੈਨਾ ਪ੍ਰਮukh ਨੇ ਸੈਨਾ ਕਰਮੀਆਂ ਦੀ ਸਿਹਤ ਨਾਲ ਸੰਬੰਧਿਤ ਤਨ ਮੰਤਰੀ ਐਪ ਅਤੇ ਅਗਨੀਪਾਥ ਯੋਜਨਾ ਨਾਲ जोडਿਆ ਸੌਫਟਵੇਅਰ ਵੀ ਲਾਂਚ ਕੀਤਾ ਇਹ ਸੌਫਟਵੇਅਰ ਬਿਹਤਰ ਮਨੁੱਖੀ ਵਸਿਆਲਿਆਂ ਦੇ ਪ੍ਰਬੰਧਨ ਦੇ ਡਿਜੀਟਲੀ ਕਰਨ ਲਈ ਤਿਆਰ ਕੀਤਾ ਗਿਆ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੂਬੇ ਵਿੱਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਸੜਕ ਹਾਦਸਿਆਂ ਵਿੱਚ ਮੌਤ ਦਰ ਘਟਾਉਣ ਲਈ ਸਬੂਤ ਸੰਬੰਧਿਤ ਤਿਰਾਂ ਨੂੰ ਉਪਰਾਲੇ ਕਰਨ ਦਾ ਸੱਦਾ ਦਿੱਤਾ ਹੈ ਉਨਾ ਕਹਿਆ ਕਿ ਹਾਦਸਿਆਂ ਨੂੰ ਰੋਕਣ ਲਈ ਸਬੰਧਤ ਵਿਭਾਗਾਂ ਸਮਾਜ ਸੇਵੀ ਸੰਸਥਾਵਾਂ ਤੇ ਖਾਸ ਕਰ ਰਾਗੀਰਾ ਨੂੰ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਤੇ ਇੱਕ ਹਫ਼ਤੇ ਦੀ بجائے ਸਾਰਾ ਸਾਲ ਖੁਦ ਨੂੰ ਸੜਕ ਸੁਰੱਖਿਆ ਨੂੰ ਸਮਰਪਿਤ ਕਰਨਾ ਹੋਵੇਗਾ। ਉਹਨਾਂ ਕਹਿਆ ਕਿ ਜ਼ਿਆਦਾਤਰ ਵੱਡੇ ਤੇ ਘਾਤਕ ਸੜਕ ਹਾਦਸੇ ਦਸੰਬਰ ਤੋਂ ਫਰਵਰੀ ਤੱਕ ਧੁੰਦ ਦੇ ਮੌਸਮ ਦੌਰਾਨ ਵਾਪਰਦੇ ਨੇ ਜਿਨ੍ਹਾਂ ਨੂੰ ਘਟਾਉਣਾ ਵੱਡੀ ਚੁਣੌਤੀ ਹੈ। ਉਹਨਾਂ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣ ਰਏ ਸੜਕਾਂ ਤੇ ਖੜੇ ਵੱਡੇ ਵਾਹਨਾਂ ਦੇ ਚਲਾਨ ਕੀਤੇ ਜਾਣ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇੱਕ ਦਿਨਾ ਕੋਮਾਂਤਰੀ ক্রিকেট ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ ਖੇੜਿਆ ਜਾਵੇਗਾ ਤਿੰਨ ਮੈਚਾਂ ਦੀ ਲੜੀ ਦੇ ਗੁਹਾਟੀ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 60 ਦੌੜਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਅਗਵਾਈ ਤੋ ਹਾਸਲ ਕਰ ਲਈ ਸੀ ਜ਼ਿਕਰਯੋਗ ਹੈ ਕਿ ਭਾਰਤੀ ক্রিকেট ਟੀਮ T20 ਦੀ ਸ਼੍ਰੀਲੰਕਾ ਨਾਲ ਖੇਡੀ ਲੜੀ ਪਹਿਲਾਂ ਹੀ 2-1 ਨਾਲ ਜਿੱਤ ਚੁੱਕੀ ਹੈ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਦਾ ਪਹਿਲਾ ਮੈਚ ਭਲਕੇ ਪੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ 15ਵੇਂ ਵਿਸ਼ਵ ਕੱਪ ਦੀ ਮੇਜ਼ਬਾਨੀ ਦੂਜੀ ਵਾਰ ਭਾਰਤ ਦੇ ਹਿੱਸੇ ਆਈਏ ਤੇ 16 ਟੀਮਾਂ ਇਸ ਟੂਰਨਾਮੈਂਟ ਦੇ ਕੁੱਲ 44 ਮੈਚ ਖੇਡਣਗੀਆਂ ਫਾਈਨਲ ਮੈਚ 29 ਜਨਵਰੀ ਨੂੰ ਹੋਵੇਗਾ ਇਹ ਸਾਰੇ ਮੈਚ ਉੜੀਸਾ ਦੀ ਰਾਜਧਾਨੀ ਪੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਤੇ ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ ਟੂਰਨਾਮੈਂਟ ਦੀਆਂ 16 ਟੀਮਾਂ ਨੂੰ 4 ਪੂਲਾਂ ਵਿੱਚ ਵੰਡਿਆ ਗਿਆ ਹੈ ਪੂਲ A ਵਿੱਚ ਆਸਟ੍ਰੇਲੀਆ, ਅਰਜنٹੀਨਾ, ਫ੍ਰਾਂਸ ਤੇ ਦੱਖਣੀ ਅਫਰੀਕਾ ਹੈ ਜਦਕਿ ਪੂਲ B ਵਿੱਚ ਬੈਲਜੀਅਮ, ਜਰਮਨੀ, ਦੱਖਣੀ ਕੋਰੀਆ ਤੇ ਜਾਪਾਨ ਹੈ ਪੂਲ C ਵਿੱਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਤੇ ਚਿੱਲੀ ਸ਼ਾਮਿਲ ਨੇ ਜਦਕਿ ਪੂਲ D ਵਿੱਚ ਭਾਰਤ, ਇੰਗਲੈਂਡ, ਸਪੇਨ ਤੇ ਵੇਲਜ਼ ਦੀਆਂ ਟੀਮਾਂ ਸ਼ਾਮਿਲ ਨੇ ਪੂਲ ਮੈਚ 19 ਜਨਵਰੀ ਤੱਕ ਖੇਡੇ ਜਾਣਗੇ ਤੇ 24 ਜਨਵਰੀ ਨੂੰ ਕੁਆਟਰਫਾਈਨਲ ਮੈਚ ਹੋਣਗੇ ਪੰਜਾਬ ਸਮੇਤ ਉਤਰੀ ਭਾਰਤ ਵਿੱਚ ਠੰਡ ਦਾ ਜ਼ੋਰ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਬੀਤੀ ਰਾਤ ਠੰਡ ਵਧਣ ਤੇ ਸਮੁੱਚੇ ਪੰਜਾਬ ਵਿੱਚ ਗਹਿਰੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਅੱਜ ਸਵੇਰੇ ਵੀ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਠੰਡੀਆਂ ਹਵਾਵਾਂ ਕਾਰਨ ਸੀਤ ਲਹਿਰ ਕੰਬਾਉ ਲਹਿਰ ਵਿੱਚ ਤਬਦੀਲ ਹੋ ਰਹੀ ਹੈ ਮੌਸਮ ਵਿਭਾਗ ਨੇ ਆਉਣ ਦੇ 4-5 ਦਿਨਾਂ ਦੌਰਾਨ ਇਹ ਠੰਡ ਦਾ ਕਹਿਰ ਜਿਉਂ ਦਾ ਤਿਉਂ ਬਣੇ ਰਹਿਣ ਦੀ ਸੰਭਾਵਨਾ ਪ੍ਰਗਟ ਕਰਦਿਆਂ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਆਪਣੇ ਵਾਹਨ ਪੂਰੀ احتیاط ਨਾਲ ਚਲਾਉਣ ਦੀ ਸਲਾਹ ਦਿੱਤੀ ਹੈ ਇਸੇ ਦੌਰਾਨ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਠੰਡ ਤੇ ਸੰਘਣੀ ਧੁੰਦ ਵਾਲੇ ਮੌਸਮ ਕਾਰਨ ਆਮ ਜਨਜੀਵਨ ਤੇ ਅਸਰ ਪਿਆ ਹੈ ਸੰਘਣੀ ਧੁੰਦ ਦਾ ਹਵਾਈ ਰੇਲ ਅਤੇ ਸੜਕੀ ਆਵਾਜਾਈ ਤੇ ਵੀ ਅਸਰ ਪਿਆ ਹੈ ਇゼ ਮਦਨਜ਼ਾਹਰ ਭਾਰਤੀ ਰੇਲਵੇ ਨੇ 59 ਮੀਲ ਤੇ ਐਕਸਪ੍ਰੈਸ ਰੇਲ ਗੱਡੀਆਂ ਅਤੇ 76 ਪੈਸੰਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਨੇ 95 ਰੇਲ ਗੱਡੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲਣ ਦੀਆਂ ਖਬਰਾਂ ਨੇ ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਹੁਤ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ ਇਹ ਸੰਘਣੀ ਧੁੰਦ ਉਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆਰੇ ਨਿਊ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ